ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਵਾਤੇ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲੈ ਇੱਕ ਵਾਰ ਇੱਕ ਨਗਰ ਵਿੱਚ ਇੱਕ ਰਾਜਾ ਰਹਾ ਕਰਦਾ ਸੀ ਰਾਜੇ ਨੇ ਆਪਣੇ ਰਹਿਣ ਲਈ ਇੱਕ ਸੋਨਾ ਮਹਿਲ ਬਣਾਇਆ ਹੋਇਆ ਸੀ ਤੇ ਨਾਲ ਉਸਨੇ ਇੱਕ ਬਾਗ ਬਣਾਇਆ ਸੀ ਬਾਗ ਵਿੱਚ ਹਰੇਕ ਤਰ੍ਹਾਂ ਦੇ ਫੁੱਲ ਬੂਟੇ ਅਤੇ ਫਲ ਸਨ ਰਾਜੇ ਨੂੰ ਅੰਗੂਰ ਬਹੁਤ ਪਿਆਰੇ ਸਨ ਉਹ ਅੰਗੂਰਾਂ ਦੀ ਵੇਲ ਕੋਲ ਉਹਨੇ ਇੱਕ ਮਾਲੀ ਰੱਖਿਆ ਹੋਇਆ ਸੀ ਜਿਸ ਕਾਰਨ ਉਹਦਾ ਬਾਗ ਹਮੇਸ਼ਾ ਸਾਫ਼ ਸੁਥਰਾ ਤੇ ਸੋਹਣਾ ਲੱਗਦਾ ਸੀ ਰਾਜੇ ਨੇ ਕੀ ਕਰਨਾ ਜਦੋਂ ਅੰਗੂਰ ਪੱਕਨੇ ਤਾਂ ਉਹਨੇ ਮਾਲੀ ਨੂੰ ਕਿਹਾ ਕਰਨਾ ਕਿ ਸਭ ਤੋਂ ਪਹਿਲਾਂ ਮੇਰੇ ਲਈ ਭੇਜੋ ਪਰ ਇਸ ਵਾਰ ਕੀ ਹੋਇਆ ਕਿ ਉੱਥੇ ਜੋ ਸੀ ਸਾਰੇ ਥੱਲੇ ਖੱਟੇ-ਖੱਟੇ ਅੰਗੂਰ ਹੋਇਆ ਕਰਨੇ ਤੇ ਮਿੱਠੇ ਜੋ ਸਨ ਉਹ ਰੋਜ਼ ਗਾਇਬ ਹੋ ਜਾਣੇ ਕਰਨੇ ਹੁਣ ਮਾਲੀ ਇਸ ਗੱਲ ਤੋਂ ਬੜਾ ਜ਼ਿਆਦਾ ਪਰੇਸ਼ਾਨ ਹੋ ਗਿਆ ਉਹਨੇ ਰਾਜੇ ਨੇ ਰੋਜ਼ ਅੰਗੂਰ ਤਾਂ ਭੇਜਿਆ ਕਰਨੇ ਪਰ ਮਨ ਵਿੱਚ ਹਮੇਸ਼ਾ ਸ਼ੰਕਾ ਰਹਿਣੀ ਰਾਜੇ ਨੇ ਇੱਕ ਦਿਨ ਦੁਖੀ ਆ ਕੇ ਕਿਹਾ ਵੀ ਕੀ ਗੱਲ ਇਸ ਵਾਰੀ ਖੱਟੇ ਅੰਗੂਰੀ ਹੋਣਦੇ ਨੇ ਤੇ ਮਾਲੀ ਨੂੰ ਬੁਲਾਇਆ ਗਿਆ ਮਾਲੀ ਕਹਿੰਦਾ ਕਿ ਮੈਂ ਤਾਂ ਖੁਦ ਪਰੇਸ਼ਾਨ ਆ ਕਿ ਸਿਰਫ ਖੱਟੇ ਅੰਗੂਰ ਨੇ ਇਸ ਵਾਰ ਮਿੱਠੇ ਅੰਗੂਰ ਕਿਉਂ ਨਹੀਂ ਹੁੰਦੇ ਤੇ ਉਹ ਵੀ ਸਿਰ ਧਰਤੇ ਉੱਤੇ ਡਿੱਗੇ ਹੀ ਹੁੰਦੇ ਨੇ ਮਾਲੀ ਇੱਕ ਦਿਨ ਲੋਕੇ ਦੇਖਦਾ ਹੈ ਤੇ ਉੱਥੇ ਇੱਕ ਚਿੜੀ ਆਉਂਦੀ ਏ ਉਹ ਸਾਰੇ ਮਿੱਠੇ ਅੰਗੂਰ ਖਾ ਜਾਂਦੀ ਤੇ ਜਿੰਨੇ ਖੱਟੇ ਅੰਗੂਰ ਹੁੰਦੇ ਨੇ ਉਹ ਥੱਲੇ ਸੱਟੀ ਜਾਂਦੀ ਉਹ ਇਹ ਗੱਲ ਦੇਖ ਲੈਂਦਾ ਮਾਲੀ ਮਾਲੀ ਉਹਨੂੰ ਫੜਨ ਦੇ ਬੜੀ ਯਤਨ ਕਰਦਾ ਰੋਜ਼ ਐਵੇਂ ਹੀ ਕਰਦਾ ਉਹ ਆਉਂਦੀ ਏ ਥੱਲੇ ਅੰਗੂਰ ਸੱਟ ਜਾਂਦੀ ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ ਪਰ ਨਹੀਂ ਫੜ ਪਾਉਂਦਾ ਉਹ ਰਾਜੇ ਨੂੰ ਜਾ ਕੇ ਸਾਰੀ ਗੱਲ ਦੱਸਦਾ ਅਗਲੇ ਦਿਨ ਰਾਜਾ ਕਹਿੰਦਾ ਕਿ ਮੈਂ ਬਾਗ ਦੀ ਰਾਖੀ ਖੁਦ ਕਰਾਂਗਾ ਰਾਜਾ ਉਹ ਦੇਖਦਾ ਜਦੋਂ ਚਿੜੀ ਆਉਂਦੀ ਹੈ ਤਾਂ ਉਹ ਛੇਤੀ ਛੇਤੀ ਉੱਤੇ ਜਾਲ ਵਗਾ ਦਿੰਦਾ ਹੈ ਰਾਜਾ ਉਹ ਚਿੜੀ ਨੂੰ ਫੜ ਲੈਂਦਾ ਔਰ ਚਿੜੀ ਨੂੰ ਨਾ ਕੁੱਟ ਕੇ ਹੱਥ 'ਚ ਫੜ ਲੈਂਦਾ ਫਤਿਹ ਨੂੰ ਕਹਿੰਦਾ ਕਿ ਮੈਂ ਹੁਣ ਤੈਨੂੰ ਛੱਡਾਂਗਾ ਨਹੀਂ ਉਹ ਚਿੜੀ ਨੂੰ ਰਾਜੇ ਨੂੰ ਵਾਸਤੇ ਪਾਉਣ ਲੱਗਦੀ ਏ ਕਹਿੰਦੀ ਤੂੰ ਮੈਨੂੰ ਆਜ਼ਾਦ ਕਰ ਦੇ ਇਹਦੇ ਬਦਲੇ ਮੈਂ ਤੇਨੂੰ ਜ਼ਿੰਦਗੀ ਦੀਆਂ ਚਾਰ ਅਨਮੋਲ ਗੱਲਾਂ ਦੱਸਾਂਗੀ ਜੋ ਤੇਰੇ ਜ਼ਿੰਦਗੀ ਦੇ ਰੋਜ਼ਮਰਾ ਦੀ ਵਿੱਚ ਵੀ ਕੰਮ ਆਉਣਗੇ ਤੇ ਤੈਨੂੰ ਤੇਰੀ ਸਾਰੀ ਜ਼ਿੰਦਗੀ ਤੇਰੇ ਨਾਲ ਰਹਿ ਕੇ ਤੇਰੀ हिफाज़त ਕਰਨਗੇ ਇਹ ਐਸੀਆਂ ਚਾਰ ਅਨਮੋਲ ਗੱਲਾਂ ਨੇ ਜੋ ਤੇਨੂੰ ਹਰ ਇੱਕ ਚੀਜ਼ ਤੋਂ ਬਚਾਣਗੇ ਤੂੰ ਜ਼ਿੰਦਗੀ ਵਿੱਚ ਇਸ ਨਾਲ ਬਹੁਤ ਸਾਰਾ ਧਨ ਵੀ ਪ੍ਰਾਪਤ ਕਰ ਸਕਦਾ ਹੈ ਅਤੇ ਤੇਰੀ ਕਦੇ ਵੀ ਕਿਸੇ ਨਾਲ ਲੜਾਈ ਨਹੀਂ ਹੋਏਗੀ ਹਰ ਥਾਂ ਤੇਰਾ ਮਾਨ ਸਨਮਾਨ ਤੇ ਇੱਜ਼ਤੀ ਵਧੇਗੀ ਹੁੰਦਾ ਅਜੇ ਦੇ ਮਨ ਵਿੱਚ ਲਾਲਚ ਆ ਗਿਆ ਉਹਨੂੰ ਐਸੀ ਵੀ ਚਿੜੀ ਤਾਂ ਫਿਰ ਵੀ ਕਦੀ ਫੜੀ ਜਾਏਗੀ ਪਰ ਇਹ ਚਾਰ ਗੱਲਾਂ ਜਿਹੜੀਆਂ ਇਹਨੇ ਮੈਨੂੰ ਦੱਸਣੀਆਂ ਨੇ ਇਹ ਹੋਰ ਕਿਸੇ ਨੇ ਨਹੀਂ ਦੱਸਣੀਆਂ ਤੇ ਕਿਉਂ ਨਾ ਲਾਲਚ ਵਾਸਤੇ ਦੇ ਮਨ ਚ ਆ ਗਿਆ ਚਲੋ ਇਹ ਤੋਂ ਪੁੱਛ ਲਿਆ ਜਾਵੇ ਉਹ ਕਹਿੰਦੇ ਚਲ ਤੂੰ ਮੈਨੂੰ ਦੱਸ ਤੇ ਉਹ ਚਿੜੀ ਕਹਿੰਦੀ ਤੂੰ ਇੰਨੀ ਘੁੱਟ ਕੇ ਮੈਨੂੰ ਫੜਿਆ ਹੋਇਆ ਤੇ ਇਸ ਤ ਇਸ ਹੱਬ ਨਾਲ ਤੇ ਮੇਰਾ ਦਮ ਘੁੱਟ ਜਾਏਗਾ ਮੈਂ ਤੇਨੂੰ ਐਵੇਂ ਨਹੀਂ ਦੱਸ ਸਕਦੀ ਤੂੰ ਥੋੜਾ ਜਿਹਾ ਮੈਨੂੰ ਆਜ਼ਾਦ ਕਰ ਉਹ ਥੋੜੀ ਜਿਹੀ ਆਪਣੀ ਬੁੱਕ ਜਿਹੜੀ ਹੈ ਉਹ ਖੋਲ ਦੇਂਦੇ ਚਿੜੀ ਨੂੰ ਥੋੜਾ ਜਿਹਾ ਸਾਹ ਆ ਜਾਂਦਾ ਚਿੜੀ ਨੂੰ ਪਹਿਲੀ ਗੱਲ ਦੱਸਦੀ ਕਹਿੰਦੀ ਰਾਜਨ ਸਭ ਤੋਂ ਪਹਿਲੀ ਗੱਲ ਆਪਣੇ ਜੀਵਨ ਦੀ ਇਹ ਪੱਲੇ ਬੰਲੇ ਹੱਥਾਏ ਆਪਣੇ ਵੈਰੀ ਨੂੰ ਕਦੇ ਨਾ ਜਾਣ ਦੇ ਉਹ ਕਹਿੰਦਾ ਠੀਕ ਉਹ ਕਹਿੰਦੀ ਮੈਂ ਤੈਨੂੰ ਪਹਿਲੀ ਗੱਲ ਤੇ ਦੱਸਦੀ ਹੁਣ ਥੋੜਾ ਜਿਹਾ ਹੋਰ ਆਪਣਾ ਹੱਥ ਖੋਲ ਦੇ ਤਾਂ ਕਿ ਮੈਨੂੰ ਸਾਹ ਆ ਜਾਵੇ ਨਹੀਂ ਤਾਂ ਮੈਂ ਇੱਥੇ ਮਰ ਜਾਵਾਂਗੀ ਤੇ ਬਾਕੀ ਦੀਆਂ ਗੱਲਾਂ ਮੈਂ ਆਪਣੇ ਨਾਲ ਹੀ ਲੈ ਜਾਵਾਂਗੀ ਤੇ ਤੇਰੇ ਪੱਲੇ ਕੱਖ ਨਹੀਂ ਪੈਣਾ ਹੁਣ ਉਹ ਥੋੜੇ ਜਿਹਾ ਹੋਰ ਉਹਨੂੰ ਆਜ਼ਾਦ ਕਰ ਦਿੰਦਾ ਆਪਣਾ ਹੱਥ ਥੋੜਾ ਜਿਹਾ ਹੋਰ ਖੋਲ ਦੈ ਚਿੜੀ ਨੂੰ ਹੋਰ ਸੌਖਾ ਸਾਹ ਆ ਜਾਂਦਾ ਚਿੜੀਆਂ ਨੂੰ ਫਿਰ ਅਗਲੀ ਗੱਲ ਦੱਸਦੀ ਕਿੰਦੀ ਰਾਜਨ ਅਣਜਾਨ ਗੱਲਾਂ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਰਾਹੀ ਦੀਆਂ ਗੱਲਾਂ ਤੇ ਕਦੇ ਵਿਸ਼ਵਾਸ ਨਹੀਂ ਕਰਨਾ ਜਾਂ ਤੇਰੇ ਕੰਨਾਂ 'ਚ ਜੋ ਵੀ ਗੱਲ ਪਵੇ ਉਹ ਗੱਲਾਂ ਤੇ ਤੂੰ ਕਦੇ ਵਿਸ਼ਵਾਸ ਨਹੀਂ ਕਰਨਾ ਕਹਿੰਦੇ ਠੀਕ ਹੈ ਜਦੋਂ ਦੂਸਰੀ ਗੱਲ ਵੀ ਦੱਸਦੀ ਨੇ ਉਸ ਤੋਂ ਬਾਅਦ ਚਿੜੀ ਕਹਿੰਦੀ ਕਿ ਹੁਣ ਤਾਂ ਥੋੜੇ ਹੋਰ ਮੈਨੂੰ ਆਪਣਾ ਹੱਥ ਖੋਲ ਦੇ ਕਿ ਮੈਂ ਚੰਗੀ ਤਰ੍ਹਾਂ ਆਜ਼ਾਦ ਹੋ ਜਾ ਮੇਰੇ ਜਿਹੜੇ ਪਰ ਨੇ ਨਾ ਮੇਰੇ ਪੰਖ ਨੇ ਉਹ ਦਬੋਚੇ ਪਏ ਨੇ ਜਿਹਦੇ ਕਰਕੇ ਮੈਨੂੰ ਬਹੁਤ ਜ਼ਿਆਦਾ ਕੁੱਟਨ ਹੋਣ ਦੀ ਜੇ ਮੈਂ ਐਵੇਂ ਮਰ ਗਈ ਤਾਂ ਬਾਕੀ ਦੋ ਗੱਲਾਂ ਰਹਿ ਜਾਣੀਆਂ ਨੇ ਤੇ ਉਹ ਫਿਰ ਤੈਨੂੰ ਕਿਸੇ ਨਹੀਂ ਦੱਸਣੀਆਂ ਫਿਰ ਤੂੰ ਉਹ ਗੱਲਾਂ ਦੇ ਨਾਲ ਨਾ ਤਾਂ ਤੂੰ ਧਨ ਪ੍ਰਾਪਤ ਕਰ ਸਕਨੇ ਜ਼ਿੰਦਗੀ ਵਿੱਚ ਤੇ ਨਾ ਹੀ ਫਿਰ ਤੈਨੂੰ ਇਹ ਗੱਲਾਂ ਤੈਨੂੰ ਧੋਖੇ ਤੋਂ ਵੀ ਬਚਾਉਣਗੀਆਂ ਉਹਦੇ ਮਨ 'ਚ ਹੋਰ ਲਾਲਚ ਆ ਜਾਂਦਾ ਥੋੜਾ ਜਾਨੂੰ ਹੋਰ ਖੋਲ ਦਿੰਦਾ ਉਹ ਨੂੰ ਕਹਿੰਦੀ ਰਾਜਨ ਇਹ ਗੱਲ ਹਮੇਸ਼ਾ ਯਾਦ ਰੱਖੀ ਜੋ ਜ਼ਿੰਦਗੀ ਵਿੱਚ ਬੀਤ ਗਿਆ ਉਸ ਗੱਲ ਤੇ ਕਦੇ ਵੀ ਪਛਤਾਵਾ ਨਹੀਂ ਕਰਨਾ ਚਾਹੀਦਾ ਜੋ ਤੇਰੀ ਜ਼ਿੰਦਗੀ ਚ ਪਿੱਛੇ ਹੋ ਗਿਆ ਨਾ ਉਹਨੂੰ ਸੋਚ-ਸੋਚ ਕੇ ਕਦੇ ਪਛਤਾਵਾ ਨਹੀਂ ਕਰਨਾ ਉਹ ਕਹਿੰਦਾ ਮੈਨੂੰ ਤਿੰਨ ਗੱਲਾਂ ਪਤਾ ਲੱਗੀਆਂ ਉਹ ਨੂੰ ਕਹਿੰਦਾ ਅਗਲੀ ਗੱਲ ਉਹ ਕਹਿੰਦੀ ਰਾਜਨ ਥੋੜਾ ਜਿਹਾ ਆਪਣਾ ਹੱਥ ਖੋਲ ਔਰ ਜਦੋਂ ਹੱਥ ਖੋਲਦਾ ਤੇ ਉਹ ਉਹਦੇ ਜਾ ਕੇ ਹੱਥ ਦੇ ਉੱਤੇ ਬੈਠ ਜਾਂਦੀ ਤੇ ਉੱਤੇ ਬੈਠ ਕੇ ਉਹ ਉੱਡ ਕੇ ਕਹਿੰਦੀ ਕਹਿੰਦੀ ਰਾਜਨ ਮੇਰੇ ਟੱਡ ਵਿੱਚ ਦੋ ਲਾਲ ਰਤਨ ਤੇ ਉਹ ਉੱਡ ਜਾਂਦੀ ਉਹ ਫਿਰ ਹੁਣ ਬੜਾ ਜ਼ਿਆਦਾ ਹਰਾਨ ਪਰੇਸ਼ਾਨ ਹੋ ਜਾਂਦਾ ਵੀ ਇਹ ਮੇਰੇ ਹੱਥੋਂ ਉੱਡ ਗਈ ਜੇ ਪਹਿਲਾਂ ਪਤਾ ਹੁੰਦਾ ਤੇ ਇਹਨੂੰ ਮਾਰ ਕੇ ਦੇ ਜੋ ਠੱਡਾ ਹੈ ਉਹਦੇ ਵਿੱਚੋਂ ਮੈਂ ਉਹ ਰਤਨ ਕੱਢ ਲੈਂਦਾ ਕਹਿੰਦੀ ਰਾਜਨ ਮੈਂ ਤੇਨੂੰ ਚਾਰ ਗੱਲਾਂ ਦਸੀਆਂ ਤੂੰ ਸਿਰਫ ਸੁਣੀਆ ਉਹਨਾਂ ਤੇ ਅਮਲ ਨਹੀਂ ਕੀਤਾ ਮੈਂ ਪਹਿਲੀ ਗੱਲ ਕਹੀ ਸੀ ਹੱਥ ਆਏ ਆਪਣੇ ਵੈਰੀ ਨੂੰ ਕਦੀ ਨਾ ਜਾਣ ਦੇਵੇਂ ਤੇ ਤੂੰ ਮੈਨੂੰ ਜਾਨ ਦਿੱਤਾ ਅਗਲੀ ਗੱਲ ਮੈਂ ਤੇਨੂੰ ਕਿਹਾ ਮੇਰੇ ਠੱਡ ਵਿੱਚ ਰਤਨ ਨੇ ਜੋ ਕਿ ਹੋ ਹੀ ਨਹੀਂ ਸਕਦੇ ਜੇ ਰਤਨ ਹੁੰਦੇ ਮੈਂ ਮਰ ਜਾਣਾ ਸੀ ਪਰ ਤੂੰ ਮੇਰੀ ਗੱਲ ਤੇ ਵਿਸ਼ਵਾਸ ਕੀਤਾ ਮੈਂ ਤੈਨੂੰ ਦੂਸਰੀ ਗੱਲ ਗਈ ਸੀ ਅਣਜਾਨ ਗੱਲਾਂ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਤੇ ਆਪਾਂ ਵੀ ਐਵੇਂ ਕਰਦੇ ਬਾਹਰੋਂ ਸੁਣੀਆਂ ਸੁਣੀਆਂ ਗੱਲਾਂ ਤੇ ਹਮੇਸ਼ਾ ਵਿਸ਼ਵਾਸ ਕਰ ਲੈਨੇ ਜਿੰਨਾ ਚਿਰ ਅੱਖੀਂ ਦੇਖ ਨਹੀਂ ਲੈਂਦੇ ਤੇ ਆਪਣੇ ਕੰਨਾਂ ਨਾਲ ਚੰਗੀ ਤਰ੍ਹਾਂ ਸੁਣ ਨਹੀਂ ਲੈਂਦੇ ਵੇਖ ਕੇ ਪਰਖ ਕੇ ਫੇਰੀ ਗੱਲ ਦੀ ਤੈ ਤੱਕ ਜਾ ਅਣਜਾਨ ਗੱਲਾਂ ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਹ ਗੱਲਾਂ ਹਮੇਸ਼ਾ ਘਰ ਹੀ ਬਰਬਾਦ ਕਰਦੀਆਂ ਅਗਲੀ ਗੱਲ ਕਹਿੰਦੀ ਰਾਜਨ ਮੈਂ ਤੈਨੂੰ ਕਿਹਾ ਸੀ ਜੋ ਹੋ ਗਿਆ ਜੋ ਬੀਤ ਗਿਆ ਉਸ ਗੱਲ ਤੇ ਪਛਤਾਵਾ ਨਹੀਂ ਕਰਨਾ ਮੈਂ ਤੇਰੇ ਹੱਥ 'ਚ ਸੀ ਹੁਣ ਮੈਂ ਚਲੀ ਗਈ ਤੇ ਹੁਣ ਤੂੰ ਪਛਤਾਵਾ ਕਰਦਾ ਪਿਆ ਇਸ ਲਈ ਜੋ ਤੇਰੀ ਜ਼ਿੰਦਗੀ ਵਿੱਚ ਬੀਤ ਗਿਆ ਜੋ ਗੱਲਾਂ ਪਿੱਛੇ ਰਹਿ ਗਿਆ ਉਹਨਾਂ ਗੱਲਾਂ ਨੂੰ ਯਾਦ ਕਰ ਕਰਕੇ ਆਪਣੀ ਜ਼ਿੰਦਗੀ ਨੂੰ ਨਰਕ ਨਾ ਬਣਾਓ ਆਪਾਂ ਸਾਰੇ ਵੀ ਐਵੇਂ ਹੀ ਕਰਦੇ ਆਂ ਆਪਣੇ ਨਾਲ ਕੋਈ ਮਾੜਾ ਹਾਦਸਾ ਜਾਂ ਫਿਰ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ ਜੋ ਆਪਾਂ ਨੂੰ ਅੱਜ ਦਾ ਦੁੱਖ ਦਿੰਦੀ ਪਰ ਆਪਾਂ ਉਹਨਾਂ ਗੱਲਾਂ ਨੂੰ ਯਾਦ ਕਰਕੇ ਆਪਣੇ ਅੱਜ ਨੂੰ ਵੀ ਖਰਾਬ ਕਰਦੇ ਸਗੋਂ ਕਹਿੰਦੀ ਰਾਜਨ ਤੈਨੂੰ ਇਹ ਚਾਹੀਦਾ ਹੈ ਵੀ ਜੋ ਪੀਤ ਗਿਆ ਉਹਨੂੰ ਉੱਥੇ ਛੱਡ ਕੇ ਅੱਗੇ ਰਣਨੀਤੀ ਬਣਾ ਅੱਗੇ ਸੋਚੋ ਵੀ ਅੱਗੇ ਕਿਵੇਂ ਕਰਨਾ ਜੋ ਪਿੱਛੇ ਹੋ ਗਿਆ ਉਹਨਾਂ ਗਲਤੀਆਂ ਨੂੰ ਹਮੇਸ਼ਾ ਉਹਨਾਂ ਤੋਂ ਕੁਝ ਸਿੱਖ ਕੇ ਤੇ ਅੱਗੇ ਵਧੋ ਨਾ ਕਿ ਉਹਨਾਂ ਗਲਤੀਆਂ ਵਿੱਚ ਹੀ ਉਲਝ ਕੇ ਤੇ ਆਪਣੇ ਅੱਜ ਨੂੰ ਵੀ ਖਰਾਬ ਕਰ ਲੋ ਅੱਜ ਆਪਣੇ ਘਰ ਬਹੁਤੇ ਘਰਾਂ ਵਿੱਚ ਇਹੀ ਹੁੰਦਾ ਜੋ ਪਿੱਛੇ ਬੀਤ ਗਿਆ ਆਪਾਂ ਉਹਦੇ ਵਿੱਚ ਹੀ ਉਲਝੇ ਰਹਿੰਨੇ ਆ ਕਿ ਫਲਾਣੇ ਨੇ ਮੈਨੂੰ ਇਹ ਗੱਲ ਕਹੀ ਤੇ ਆਪਾਂ ਉਸੇ ਗੱਲ ਨੂੰ ਮਸਲਾ ਬਣਾ ਕੇ ਉਹ ਆਪਣੇ ਦਿਲ ਦੇ ਅੰਦਰ ਰੱਖ ਕੇ ਨਫ਼ਰਤ ਪੈਦਾ ਕਰਦੇ ਰਹਿੰਨੇ ਆ ਤੇ ਉਹ ਨਫ਼ਰਤ ਹੀ ਕਿਤੇ ਨਾ ਕਿਤੇ ਆਪਣੇ ਘਰਾਂ ਦੇ ਵਿੱਚ ਉਜਾੜ ਪੈਦਾ ਕਰ ਦਿੰਦੀ ਹੈ ਇਸ ਲਈ ਥੋੜੇ ਜਿ ਸਭ ਕੋਈ ਦਿਲ ਵੱਡੇ ਕਰੋ ਆਪਣਾ ਬੀਤਿਆ ਹੋਇਆ ਕੱਲ ਉਹ ਆਪਣੇ ਅੱਜ ਨੂੰ ਵੀ ਖਰਾਬ ਕਰਦਾ ਜੇਕਰ ਆਪਾਂ ਉਸਤੇ ਹੀ ਸੋਚੀ ਜਾਵਾਂਗੇ ਤੁਸੀਂ ਆਪਣੇ ਅੱਜ ਨੂੰ ਸਵਾਰੋਗੇ ਜਦੋਂ ਉਹ ਕੱਲ ਜਦੋਂ ਅੱਜ ਆਪਣਾ ਇਹ ਬੀਤਿਆ ਕੱਲ ਬਣ ਜਾਏਗਾ ਤੇ ਵੀ ਸੋਹਣਾ ਹੋਏਗਾ ਤੇ ਆਉਣ ਵਾਲਾ ਕੱਲ ਵੀ ਲਾਜ਼ਮੀ ਹੈ ਸੋਹਣਾ ਹੀ ਹੋਵੇਗਾ ਪਰ ਜਦੋਂ ਆਪਾਂ ਆਪਣੇ ਅੱਜ ਨੂੰ ਹੀ ਖਰਾਬ ਕਰਦੇ ਆ ਜਦੋਂ ਉਹ ਲੰਘ ਗਿਆ ਤੇ ਆਪਾਂ ਨੂੰ ਪਤਾ ਹੈ ਕਿ ਅੱਜ ਮੇਰਾ ਇੰਨਾ ਮਾੜਾ ਮੈਂ ਆਪਣੇ ਆਪ ਨੂੰ ਕੀਤਾ ਤੇ ਬੀਤਿਆ ਵੀ ਉਹ ਮਾੜਾ ਹੀ ਹੋਏਗਾ ਤੇ ਉਹਨਾਂ ਗੱਲਾਂ ਵਿੱਚ ਸਿਰਫ ਆਪਾਂ ਉਲਝ ਕੇ ਰਹਿ ਜਾਵਾਂਗੇ ਇਸ ਲਈ ਹਮੇਸ਼ਾ ਇਹ ਚਾਰ ਗੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਆਓ ਜੋ ਇਹਨਾਂ ਚਾਰ ਗੱਲਾਂ ਤੇ ਹਮੇਸ਼ਾ ਉਹ ਆਪਣਾ ਖਰਾ ਉਤਰਦਾ ਹੈ ਨਾ ਉਹਨੂੰ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਾਨੀ ਨਹੀਂ ਹੁੰਦੀ ਤੇ ਨਾ ਹੀ ਘਰਾਂ ਵਿੱਚ ਕਲੇਸ਼ ਰਹਿੰਦੇ ਜੋ ਇਹ ਗੱਲਾਂ ਪੱਲੇ ਬੰਨ ਲੈਂਦਾ ਹੈ ਉਹਦੇ ਘਰ ਆਪੇ ਹੀ ਸੁੱਖ ਸ਼ਾਂਤੀ ਵਾਸ ਕਰਦੀ ਹਮੇਸ਼ਾ ਇਹਨਾਂ ਗੱਲਾਂ ਤੇ ਪਹਿਰਾ ਦਿਵੋ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਏਗੀ ਜਿਵੇਂ ਉਹਨੇ ਕਿਹਾ ਸੀ ਵੀ ਹੱਥ ਆਏ ਆਪਣੇ ਵੈਰੀ ਨੂੰ ਕਦੇ ਨਾ ਜਾਣ ਦਿਵੋ ਪਹਿਲੀ ਗੱਲ ਤੇ ਕਦੀ ਵੈਰੀ ਬਣਾਓ ਨਾ ਜੇਕਰ ਐਵੇਂ ਹੋਵੇ ਤਾਂ ਹਮੇਸ਼ਾ ਇਸ ਗੱਲ ਤੇ ਪਹਿਰਾ ਦਵ ਅਗਲੀ ਗੱਲ ਅਣਜਾਨ ਗੱਲਾਂ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਿਵੇਂ ਆਂਢੀ ਗੁਆਂਢੀ ਜਾਂ ਕੋਈ ਰਿਸ਼ਤੇਦਾਰ ਜਾਂ ਕੋਈ ਵੀ ਤੁਹਾਡੇ ਘਰ ਆ ਕੇ ਤੁਹਾਡੇ ਜੀਆ ਦੀ ਜਾਂ ਹੋਰ ਕਿਸੇ ਦੀ ਗੱਲ ਕਰੇ ਤਾਂ ਉਸ ਗੱਲ ਨੂੰ ਪਹਿਲਾਂ 100 ਵਾਰ ਸੋਚੋ ਤੇ ਫਿਰ ਕਿਸੇ ਪ੍ਰਤੀ ਕੋਈ رائے ਬਣਾਓ ਅਗਲੀ ਗੱਲ ਕੀ ਸੀ ਜੇ ਹੋ ਗਿਆ ਬੀਤ ਗਿਆ ਉਸ ਗੱਲ ਤੇ ਕਦੀ ਪਛਤਾਵਾ ਨਹੀਂ ਕਰਨਾ ਤੇ ਜੋ ਲੰਘ ਗਿਆ ਉਸ ਗੱਲ ਨੂੰ ਉੱਥੇ ਛੱਡ ਦਿਓ ਇੱਕ ਨਵੀਂ ਸਵੇਰ ਇੱਕ ਨਵਾਂ ਸੂਰਜ ਉਹ ਨਵੀਂ ਜ਼ਿੰਦਗੀ 'ਚ ਰੋਸ਼ਨੀ ਲੈ ਕੇ ਆਉਂਦਾ ਤੇ ਉਸੇ ਹਿਸਾਬ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰੋ ਕਿਉਂਕਿ ਹੱਸਦਿਆਂ ਦੇ ਘਰ ਜਿੱਤੇ ਹਾਸੇ ਹੁੰਦੇ ਨਾ ਉਥੇ ਬਰਕਤ ਤੇ ਰਿਜਕ ਆਪ ਵਸ ਕਰਦੀ